ਦੋਸਤੋ, ਜੇਕਰ ਤੁਸੀਂ ਵੀ ਮੱਛਰਾਂ ਤੋਂ ਤੰਗ ਆ ਚੁੱਕੇ ਹੋ ਤਾਂ ਅੱਜ ਮੈਂ ਸਭ ਤੋਂ ਆਸਾਨ ਤਰੀਕਾ ਮੱਛਰ ਨੂੰ ਭਜਾਉਣ ਦਾ ਲੈ ਕੇ ਆਇਆ ਗਾ ਅਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪਵੇਗੀ ਉਹ ਤੁਸੀਂ ਸਾਰੀਆਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਇਹ ਚੀਜ਼ਾਂ ਤੁਸੀਂ ਲੈ ਕੇ ਆਉਣੀਆਂ, ਜਿਹੜੀਆਂ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਆਮ ਮਿਲ ਜਾਂਦੀਆਂ ਨੇ, ਇਹ ਕਿਤੋਂ ਬਾਹਰੋਂ ਲਿਆਉਣ ਦੀ ਕੋਈ ਲੋੜ ਨਹੀਂ ਆਪਾਂ ਨੂੰ। ਅਤੇ ਗੰਢੇ ਨੂੰ ਵਿਚਾਲੋਂ ਇਸ ਤਰ੍ਹਾਂ ਕੱਟ ਲੈਣਾ ਗਾ ਗੋਲ ਗੋਲ, ਅਤੇ ਇੰਨਾ ਵੀ ਜ਼ਿਆਦਾ ਨਾ ਕੱਟ ਲਓ ਵੀ ਇਹਦੇ ਵਿੱਚ ਜਿਹੜੀ ਚੀਜ਼ ਪਾਵਾਂਗੇ ਆਪਾਂ ਉਹ ਵਿੱਚ ਦੀ ਨਿਕਲ ਜਾਵੇ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਕੇ ਜਾਵੇ, ਮੱਛਰ ਭਜਾਉਣ ਦਾ ਸਭ ਤੋਂ ਆਸਾਨ ਤਰੀਕਾ ਗਾ ਇਹ ਬਾਈ। ਅਤੇ ਇਸ ਤੋਂ ਬਾਅਦ ਤੁਸੀਂ ਸਰ੍ਹੋਂ ਦਾ ਤੇਲ ਤੁਹਾਡੇ ਘਰਾਂ ਵਿੱਚ ਆਮ ਹੀ ਹੁੰਦਾ ਆਪਣੇ, ਇਹਦੇ ਵਿੱਚ ਪਾ ਲੈਣਾ ਗਾ ਤੁਸੀਂ। ਇਸ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਬੱਤੀ ਹੋਵੇਗੀ ਤੁਹਾਡੇ ਘਰਾਂ 'ਚ, ਕੋਈ ਲੋਗੜ ਪਿਆ ਹੁੰਦਾ ਆਪਣੇ ਜਾਂ ਕੋਈ ਰੂਮ ਹੁੰਦੀ ਆ ਉਹਦੀ ਬਣਾ ਲੈਣੀ ਹੈਗੀ। ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਖੜਾ ਸਕਦੇ ਹੋਗੇ। ਅਤੇ ਉਸ ਤੋਂ ਬਾਅਦ ਤੁਸੀਂ ਦੀਵੇ ਵਾਂਗੂ ਇਸ ਨੂੰ ਚਲਾ ਦੇਣਾ ਗਾ ਅਤੇ ਤੁਹਾਡੇ ਘਰਾਂ ਦੇ ਵਿੱਚ ਮੱਛਰ ਗਾਇਬ ਹੋ ਜਾਣਗੇ। ਦੋਸਤੋ, ਇਹ ਤਰੀਕਾ ਤੁਸੀਂ ਵੀ ਜਮਾ ਕੇ ਦੇਖਿਓ ਅਤੇ ਇੱਕ ਦੋ ਦਿਨਾਂ ਬਾਅਦ ਇਸ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰਨਾ ਕਿ ਇਹ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ। ਜੇਕਰ ਤੁਸੀਂ ਫੇਸਬੁੱਕ ਪੇਜ 'ਤੇ ਨਵੇਂ ਹੋ ਤਾਂ ਫੋਲੋ ਕਰਨਾ ਨਾ ਭੁੱਲਿਓ, ਕਿਉਂਕਿ ਅਜਿਹੀਆਂ ਵੀਡੀਓ ਅਸੀਂ ਹਰ ਰੋਜ਼ ਲੈ ਕੇ ਆਉਂਦੇ ਰਹਾਂਗੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ ਜੀ।